ਸੂਬੇ ਦਾ ਮੁੱਖ ਮੰਤਰੀ ਜਿਹੜਾ ਦੇਸ਼ ਦੇ ਪੱਧਰ ਦਾ ਪ੍ਰੋਗਰਾਮ ਹੈ ਉਹਨੂੰ ਮਿਸ ਨਹੀਂ ਕਰ ਸਕਦਾ। ਕਾਂਗਰਸ ਵੀ ਕਹਿੰਦੀ ਹੈ ਕਿ ਜੇ ਨਰਿੰਦਰ ਮੋਦੀ ਕਠੂਆ ਵਿੱਚ ਜਾ ਸਕਦੇ ਨੇ ਰੈਲੀ ਕਰਨ ਲਈ ਤਾਂ ਉਹ ਇੱਥੇ ਵੀ ਆ ਸਕਦੇ ਸੀ ਸ਼ਰਧਾਂਜਲੀ ਦੀਆਂ ਜਲ੍ਹਿਆਂਵਾਲਾ ਬਾਗ। ਤੁਸੀਂ ਮੰਨਦੇ ਹੋ ਕਿ ਸ਼ਹੀਦਾਂ ਦੇ ਨਾਮ 'ਤੇ ਤਾਂ ਸਿਆਸਤ ਨਹੀਂ ਹੋਣੀ ਚਾਹੀਦੀ? ਕੋਈ ਕਿਸੇ ਫੌਜੀ ਦੇ ਬਲੀਦਾਨ ਦੇ ਉੱਤੇ ਵੋਟ ਮੰਗਣ ਦਾ ਸਵਾਲ ਨਹੀਂ। ਜੇ ਦੇਸ਼ ਦੀ ਸੁਰੱਖਿਆ ਦੇ ਨਾਲ ਸੰਬੰਧਿਤ ਇਸ਼ੂਜ਼ ਨੈਸ਼ਨਲ ਇਲੈਕਸ਼ਨ 'ਚ ਉੱਠਦੇ ਹੈ ਤਾਂ ਉਹ 'ਚ ਕੋਈ ਹਰਜ ਨਹੀਂ। ਹੁਣ ਇਮਰਾਨ ਖਾਨ ਦੀ ਜਿਹੜੀ ਸਟੇਟਮੈਂਟ ਆਈ ਆ ਉਹ ਕਹਿੰਦੇ ਨੇ ਕਿ ਜੇ ਮੋਦੀ ਦੁਆਰਾ ਬਣਦੇ ਨੇ ਪੀਐਮ ਤੇ ਫਿਰ ਦੁਬਾਰਾ ਜਿਹੜੀ ਗੱਲਬਾਤ ਸ਼ੁਰੂ ਹੋਏਗੀ। ਮੈਨੂੰ ਨਹੀਂ ਪਤਾ ਕਿ ਇਮਰਾਨ ਖਾਨ ਜੀ ਨੇ ਕਿਸ ਸੰਦਰਭ ਦੇ ਵਿੱਚ ਬਿਆਨ ਦਿੱਤਾ ਹੈ। ਜਦ ਪੁਲਵਾਮਾ ਹਮਲਾ ਹੋਇਆ ਤਾਂ ਨਵਜੋਤ ਸਿੰਘ ਸਿੱਧੂ ਦੀ ਸਟੇਟਮੈਂਟ 'ਤੇ ਕਾਫੀ ਜਿਹੜੀ ਕੰਟਰੋਵਰਸੀ ਹੋਈ। ਸਿੱਧੂ ਸਾਹਿਬ ਪਿਛਲੇ ਕੁਛ ਸਮੇਂ ਤੋਂ ਇਹਨਾਂ ਮਸਲਿਆਂ ਦੇ ਵਿੱਚ ਹਿੰਦੁਸਤਾਨ ਦੇ ਨਾਲ ਘੱਟ ਅਤੇ ਪਾਕਿਸਤਾਨ ਦੇ ਨਾਲ ਜ਼ਿਆਦਾ ਖੜੇ ਦਿਖਾਈ ਦਿੰਦੇ। ਬਰਗਾੜੀ ਗੋਲੀਕਾਂਡ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਐਸਆਈਟੀ ਦੇ ਇੱਕ ਮੈਂਬਰ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਜਿਹੜਾ ਤਬਾਦਲਾ ਹੁੰਦਾ ਹੈ। ਇਲਜ਼ਾਮ ਲੱਗ ਰਹੇ ਨੇ ਕਿ ਕੇਂਦਰ ਦੇ ਵਿੱਚ ਅਕਾਲੀ ਦਲ ਦੀ ਭਾਈਵਾਲ ਪਾਰਟੀ ਬੀਜੇਪੀ ਹੈ, ਜਿਸ ਕਰਕੇ ਫੈਸਲਾ ਲਿਆ ਗਿਆ ਚੋਣ ਕਮਿਸ਼ਨ ਵੱਲੋਂ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਇਲੈਕਸ਼ਨ ਕਮਿਸ਼ਨ ਭਾਰਤੀ ਜਨਤਾ ਪਾਰਟੀ ਦਾ ਹੈ, ਅਕਾਲੀ ਦਲ ਨੇ ਅਰਜੀ ਦਿੱਤੀ, ਭਾਰਤੀ ਜਨਤਾ ਪਾਰਟੀ ਨੇ ਇਲੈਕਸ਼ਨ ਕਮਿਸ਼ਨ ਨੂੰ ਕਿਹਾ। ਇਹ ਬੜੀ ਅਜੀਬ ਜਿਹੀ ਇੱਕ ਕਹਾਣੀ ਹੈ, ਜਿਹੜੇ ਜਿਨ੍ਹਾਂ ਕੋਲ ਸ਼ਾਇਦ ਹੋਰ ਕੁਝ ਕਹਿਣ ਨੂੰ ਹੈ ਨਹੀਂ ਉਹ ਕਰ ਰਹੇ। ਗੱਲ ਇੱਕ ਵਾਰੀ ਖਾਲਿਸਤਾਨ ਦੀ ਕਰਨਾ ਚਾਹਾਂਗੇ, ਕਿਉਂਕਿ ਤੁਹਾਡਾ ਵੀ ਭਾਈਵਾਲ ਪਾਰਟੀ ਨਾਲ ਜਿਹੜਾ ਮਤਭੇਦ ਰਹਿੰਦਾ ਰਿਹਾ ਇਸ ਚੀਜ਼ ਉੱਤੇ, ਸੰਤ ਭਿੰਡਰਾਂ ਵਾਲਿਆਂ ਦਾ ਵੀ ਤੁਸੀਂ ਜਿਹੜਾ ਵਿਰੋਧ ਇਸ ਨਾਲ ਕਰਦੇ ਰਹੇ ਹੋ। ਸਾਜਿਸ਼ ਪਾਕਿਸਤਾਨ 'ਚ ਘੜੀ ਗਈ, ਸਾਜਿਸ਼ ਕੈਨੇਡਾ 'ਚ ਘੜੀ ਗਈ, ਸਾਜਿਸ਼ ਜਰਮਨੀ 'ਚ ਘੜੀ ਗਈ, ਨੁਕਸਾਨ ਪੰਜਾਬ ਦਾ ਹੋਇਆ, ਨੁਕਸਾਨ ਹਿੰਦੁਸਤਾਨ ਦਾ ਹੋਇਆ। ਬੀਜੇਪੀ ਲੀਡਰ ਕਮਲ ਸ਼ਰਮਾ ਦੇ ਨਾਲ ਖਾਸ ਗੱਲਬਾਤ ਲਈ ਦੇਖੋ ਵਿਜ਼ਨ ਪੰਜਾਬ ਟੀਵੀ।